ਇੱਥੇ ਕੱਲ ਕੁਦਰਤ ਦੀ ਕਰੋਪੀ ਦਿਖਾਈ ਦਿੱਤੀ ਹੈ। ਇੱਕ ਬਵੰਡਰ ਆਇਆ ਔਰ ਇਸ ਬਵੰਡਰ ਦੇ ਨਾਲ ਵੱਡਾ ਨੁਕਸਾਨ ਹੋਇਆ। ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ, ਇੱਥੇ ਚਾਰ ਘਰ ਸੀਗੇ ਜਿਹੜੇ ਅੱਜ ਮਲਵੇ ਦੇ ਢੇਰ ਦੇ ਵਿੱਚ ਤਬਦੀਲ ਹੋ ਚੁੱਕੇ ਆ। ਇਹ ਚਾਰ ਘਰ ਸੀ, ਲੋਕਾਂ ਦੇ ਘਰਾਂ ਦੇ ਅੰਦਰ ਲੱਗੇ ਪੱਖੇ ਵੀ ਜਿਹੜੇ ਆ ਉਹ ਇਸ ਟਾਈਮ ਬਾਹਰ ਹੈਗੇ ਆ। ਤਾਂ ਤਸਵੀਰਾਂ ਪਿੰਡ ਬਕੈਨ ਵਾਲਾ ਤੋਂ ਨੇ, ਜਿੱਥੇ ਕੱਲ੍ਹ ਕੁਦਰਤ ਦੀ ਕਰੋਪੀ ਦਿਖਾਈ ਦਿੱਤੀ ਹੈ। ਇੱਕ ਬਵੰਡਰ ਆਇਆ ਔਰ ਇਸ ਬਵੰਡਰ ਦੇ ਨਾਲ ਵੱਡਾ ਨੁਕਸਾਨ ਹੋਇਆ। ਜਿੱਥੇ ਖੇਤ ਖਲਿਆਣ ਖਰਾਬ ਹੋਏ ਆ, ਉੱਥੇ ਹੀ ਬਾਗਾਂ ਦਾ ਨੁਕਸਾਨ ਹੋਇਆ ਅਤੇ ਘਰਾਂ ਦਾ ਵੀ ਨੁਕਸਾਨ ਹੋਇਆ। ਜਿਸ ਜਗ੍ਹਾ 'ਤੇ ਮੈਂ ਖੜ੍ਹਾ ਹੋਇਆ, ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ, ਇੱਥੇ ਚਾਰ ਘਰ ਸੀਗੇ ਜਿਹੜੇ ਅੱਜ ਮਲਵੇ ਦੇ ਢੇਰ ਦੇ ਵਿੱਚ ਤਬਦੀਲ ਹੋ ਚੁੱਕੇ ਆ। ਇਹ ਚਾਰ ਘਰ ਸੀ ਔਰ ਇਸ ਦੇ ਵਿੱਚ ਪਰਿਵਾਰ ਰਹਿੰਦੇ ਸੀ, ਜੋ ਕਿ ਅੱਜ ਇੱਕ ਮਲਵੇ ਦੇ ਢੇਰ ਦੇ ਵਿੱਚ ਤਬਦੀਲ ਹੋ ਚੁੱਕਿਆ। ਚਾਰੇ ਪਾਸੇ ਜਿੱਥੇ ਵੀ ਨਜ਼ਰ ਜਾਂਦੀ ਹੈ ਤਬਾਹੀ ਹੀ ਤਬਾਹੀ ਹੈ। ਇਸ ਬਵੰਡਰ ਦੇ ਨਾਲ ਜਿਹੜਾ ਹੈਗਾ ਨੁਕਸਾਨ ਹੋਇਆ ਔਰ ਇਸ ਨੁਕਸਾਨ ਦੇ ਨਾਲ ਜਿਹੜਾ ਕੀ ਹੈ ਲੋਕ ਜਿਹੜੇ ਆ ਉਹ ਦਿਖਾਈ ਦੇ ਰਹੇ ਕਿਸ ਤਰ੍ਹਾਂ ਦੇ ਨਾਲ ਮਾਯੂਸੀ ਹੈ। ਗੱਲਬਾਤ ਕਰਾਂਗੇ ਅਸੀਂ, ਪਿੰਡ ਦੇ ਸਰਪੰਚ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ। ਜੀ ਸਰ, ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ, ਕੀ ਜਦੋਂ ਇਹ ਬਵੰਡਰਾਂ ਦਾ, ਕੀ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਇਹ ਕੁਝ ਹੋਣ ਲੱਗਾ ਵਾ? ਨਹੀਂ ਜੀ, ਇਸ ਤਰ੍ਹਾਂ ਦਾ ਕੋਈ ਪਤਾ ਨਹੀਂ ਹੈ ਜੀ। ਇਕਦਮ 3-4 ਮਿੰਟਾਂ ਦਾ ਟਾਈਮ 'ਚ ਜੀ ਇਹ ਸਾਰੀ ਤਬਾਹੀ। ਮੰਨ ਲਓ ਪਿੰਡ 'ਚ ਉੱਚੀਆਂ ਉੱਚੀਆਂ ਆਵਾਜ਼ਾਂ ਆ ਰਹੀਆਂ, ਜਿੱਦਾਂ ਟ੍ਰੇਨ ਦੀ ਆਵਾਜ਼ ਆਉਂਦੀ, ਹੋਰ ਆਵਾਜ਼ਾਂ, ਅਤੇ ਇੰਨਾ ਪਤਾ ਨਹੀਂ ਸੀ ਵੀ ਇੰਨਾ ਨੁਕਸਾਨ ਹੋ ਜੂਗਾ ਜੀ। 3-4 ਮਿੰਟਾਂ ਦੇ ਵਿੱਚ ਹੀ ਇਹ ਸਾਰਾ ਨੁਕਸਾਨ ਹੋਇਆ ਜੀ। 3-4 ਮਿੰਟਾਂ ਦੇ ਵਿੱਚ ਜੀ। ਕਿੰਨਾ ਨੁਕਸਾਨ ਹੈ, ਫਸਲ ਕਿੰਨੀ ਖਰਾਬ ਹੋਈ ਹੈ, ਕੁੱਲ ਰਕਬਾ ਕਿੰਨਾ ਸੀਗਾ ਜਿਹੜਾ ਸਾਰਾ ਖਰਾਬ ਹੋ ਗਿਆ? ਫਸਲ ਤਾਂ ਜੀ ਜਿੱਥੋਂ ਜਿੱਥੋਂ ਲੰਘਿਆ ਬਾਗ, ਘੱਟੋ ਘੱਟ 100 ਕਿੱਲਾ ਬਾਗ ਹੈ ਜੀ, ਜਿਨ੍ਹਾਂ ਦੇ 20-25 ਸਾਲੇ ਬਾਗ ਸੀਗੇ, ਬੂਟੇ ਪੁਰਾਣੇ ਸੀ ਕਾਫੀ, ਉਹ ਸਾਰੇ ਹੀ ਤਬਾਹ ਹੋ ਗਏ ਜੀ। ਜਿੱਥੋਂ ਜਿੱਥੋਂ ਲੰਘਿਆ ਬਿਲਕੁਲ ਇੱਕ ਵੀ ਬੂਟਾ ਨਹੀਂ ਬਚਿਆ। ਖੇਤਾਂ 'ਚੋਂ ਖੇਡ ਕੇ ਅਗਲੇ ਖੇਤ 'ਚ ਉਹਨਾਂ ਨੂੰ ਪਹੁੰਚਾ ਤੇ ਹਨੇਰ ਨੇ, ਕਣਕਾਂ ਬਿਲਕੁਲ ਐਂ ਤਬਾਹ ਹੋ ਗਈਆਂ ਜੀ। 200-250 ਕਿੱਲਾ ਮੰਨ ਲਓ ਕਣਕ ਖਰਾਬ ਹੋ ਗਈ ਹੈ ਜੀ। 100-150 ਕਿੱਲਾ ਸਰ੍ਹੋਂ ਸੀ ਜੀ, ਕਿਉਂਕਿ ਸਾਡੇ ਪਾਣੀ ਦੀ ਇੱਥੇ ਸਰ੍ਹੋਂ ਦੀ ਫਸਲ ਬਹੁਤ ਹੁੰਦੀ ਹੈ ਜੀ। ਸਰ੍ਹੋਂ ਜਿੱਦਾਂ ਮੰਨ ਲਓ ਵੀ ਹੈ ਹੀ ਨਹੀਂ ਵਾਹਣਾ 'ਚ, ਜਿੱਥੋਂ ਲੰਘਿਆ ਜੀ ਉੱਥੇ ਸਰ੍ਹੋਂ ਦੀ ਇੱਕ ਵੀ ਪੰਨ ਹੈ ਨਹੀਂ ਜ਼ਿਮੀਦਾਰ ਦੀ। ਨੁਕਸਾਨ ਤਾਂ ਬਹੁਤ ਕਾਫੀ ਹੋਇਆ ਜੀ। ਜੇ ਸਾਰਾ ਆਪਾਂ ਅੰਦਾਜ਼ਾ ਲਾ ਲਈਏ ਤਾਂ ਕਿੰਨੇ ਘਰ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਢਹਿ ਢੇਰੀ ਹੋ ਗਏ ਆ ਔਰ ਕਿੰਨੇ ਲੋਕ ਜ਼ਖਮੀ, ਕਿੰਨੇ ਲੋਕ ਹੋਏ ਆ? ਟੋਟਲ ਤਾਂ ਜੀ 50-60 ਘਰ ਨੇ ਜਿਹੜੇ ਪੀੜਿਤ, ਜਿਨ੍ਹਾਂ ਦੇ ਘਰ ਤੋਂ ਇਹ ਲੰਘਿਆ ਜੀ। ਮੰਨ ਲਓ ਜਿਹਦੇ 'ਚ 15 ਪਰਿਵਾਰ ਰਹਿ ਜੇ ਨੇ, ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਜੀ। ਜਿਨ੍ਹਾਂ ਦਾ ਮੰਨ ਲਓ ਵੀ ਮਕਾਨ ਮਲਬਾ ਹੀ ਬਣ ਗਿਆ, ਉਹਨਾਂ ਦੇ ਇੱਟ ਤਾਂ ਲੱਗਦਾ ਹੀ ਨਹੀਂ ਬਈ ਇੱਥੇ ਮਕਾਨ ਹੈ। ਬਹੁਤ ਹੀ ਨੁਕਸਾਨ ਤਾਂ ਪਾ ਰਹੀ ਹੈ। ਇੱਧਰ ਦੇਖੋ RCC ਛੱਤ ਸੀਗੀ ਜੀ, RCC ਛੱਤ ਉਹ ਖੇਡ ਕੇ ਸਾਰੀ ਅੱਗੇ ਲੈ ਜੀ, ਇੰਨਾ ਤਕੜਾ ਹਨੇਰ ਸੀ, RCC ਛੱਤ ਹੈ ਜੀ ਸਾਰੇ। ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਅੰਦਰ ਲੱਗੇ ਪੱਖੇ ਵੀ ਜਿਹੜੇ ਆ ਉਹ ਇਸ ਟਾਈਮ ਬਾਹਰ ਹੈਗੇ ਆ। ਅੱਗੇ ਜਾ ਕੇ ਤਸਵੀਰਾਂ ਜਿਹੜੀਆਂ ਤੁਹਾਨੂੰ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਲੈਂਟਰ ਹੈ, ਦੱਸ ਰਹੇ ਆ ਕਿ ਇਸ ਲੈਂਟਰ ਦੇ ਥੱਲੇ ਜਿਹੜਾ ਹੈਗਾ ਇੱਕ ਸ਼ਖਸ ਆ ਜਾਂਦਾ, ਜਿਸ ਨੂੰ ਬਾਅਦ ਦੇ ਵਿੱਚ